की हाल चाल है। मैंने पता कि तुम सारे जाने ना बिल्कुल मस्त रॉकिंग होवोगे, क्योंकि जो सा प्रोग्राम है ना सार पंजाब की, ये है ही इन्ना कल्टीमेट कि सारे ने जो चेहरे है ना वो खिल जाते। वैल मैं अरविंद कौर थोड़ा स्वागत करती हूँ जी थोड़े फेवरेट शो सार पंजाब दी विच। ते दोस्तों आज मैं तुम्हें सार करवाउन जा रही हूँ जी। यस यू गेस इट राइट, बिल्कुल रोशन प्रिंस वाला डिस्ट्रिक्ट संगरूर। तो जिनी देर तक मैं तुम्हें करवानी है संगरूर शहर की सैर, तुसी मारो चाप इतों के इतिहासिक स्थानों पर। चंगी तरह गार्ड करके रखा, यानी कि सेफ्टी जिहड़ी है सारी दी सारी इस इंस्टीट्यूट दे अपने हाथ विच है। वैल हुण मैं इत्थे पहुंच गई हां ते मैं करूंगी इत्थों दीआं स्टूडेंट्स दे नाल मस्ती ते बाकी जानूंगी राज इस सेफ्टी दा ते इस गार्ड दा एक्चुअल है की। सो लेट्स गो। थोड़ी दिखानी है इस इंस्टीट्यूशन की अंदरूनी खूबसूरती। मेरा अंदरूनी पार्ट, यानी कि थोड़ा सारे अंदरूनी पार्ट है। इस वक्त तुम ये चीज देख रहे हो कि ये जो स्केलेटन है ये थोड़ी सारी बॉडी नू कवर करके इतने खड़ा है। तो तुम चलते फिरते किवें हो तो की थोड़े अंदर है जो थानू अभी तक नहीं पता, तुम इन देख के इमेजिन कर सकते हो। तो वैसे एक चीज देखो कि जो अखा ने खाली ने पर थोड़ी अखा भरिया ने, जो दिमाग है कहते हैं थोड़ी नहीं भरी होनी चाहिए, बाकी जो मर्जी भर लो। बट देखो सेहत नाल रिलेटेड गल्लां ने जिहड़ियां ना चीज़ां नूं मजाक दी अलावा जिहड़ियां सीरीयस गल्लां ने, बॉडी पार्ट्स नूं एक दूसरे नाल मैनेज करके रखना, अपने आप नूं कसरत दे नाल बन के रखना, सो दैट कि साडी जिहड़ा बॉडी है वह प्रॉपरली वर्क करे ते सानूं इस स्केलेटन वांग कदे किते भी खड़ के रहना ना पवे। क्लास चल रही है जी एनएम दी, बिकॉज इट्स ऑल अबाउट योर हार्ट मैटर, सो नॉट टू डिस्टर्ब। वेल इस टाइम ये जो आयुर्वेद का लिटरेचर है ये काफी ज्यादा जरा प्रचलित भी है पंजाब दे विच, बट बहुत सारा लिटरेचर इस तरह का भी जो हाले सानू सुनने नहीं मिले, तो वह लिटरेचर सानू इन क्लासरूम्स दे विच अच्छे तरीके नाल पढ़ाया तो सुनाया जाता है। सो हुण वारी है जी गिद्दे दी, ते गिद्दे दा पेड़ जिहड़ा है वह बिल्कुल सज चुके हैं, तैयार दर तैयार है, तो मैं भी तैयार हाँ बोलियां पाउण लई नाल ते नाले गिद्दा पाउण लई, बस तुसीं देखते रहना है। मैनेजमेंट
ਸੋ ਜੀ ਫਾਈਨਲੀ ਇਸ ਵਕਤ ਮੈਂ ਬੈਠੀ ਹਾਂ ਐਲ ਜੀ ਗਰੁੱਪ ਆਫ ਇੰਸਟੀਟਿਊਟਸ ਦੀ ਮੈਨੇਜਮੈਂਟ ਕਮੇਟੀ ਦੇ ਨਾਲ ਤੇ ਮੇਰੇ ਨਾਲ ਬੈਠੇ ਨੇ ਜੀ ਡਾਕਟਰ ਸੁਖਵਿੰਦਰ ਸਿੰਘ ਜੀ ਜੋ ਕਿ ਡਾਇਰੈਕਟਰ ਨੇ ਇਸ ਗਰੁੱਪ ਦੇ ਨਾਲ ਨੇ ਜੀ ਡਾਕਟਰ ਉਡਾਰੀ ਜੀ ਆਪਾਂ ਕਰਦੇ ਇਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਸਰ ਬਹੁਤ ਵਧੀਆ ਫਾਈਨ ਜੀ ਅੱਛਾ ਸਰ ਇਹ ਦੱਸੋ ਕਿ ਐਲ ਜੀ ਗਰੁੱਪ ਆਫ ਇੰਸਟੀਟਿਊਟਸ ਤੁਸੀਂ ਸੰਗਰੂਰ ਦੇ ਵਿੱਚ ਅਸਟੈਬਲਿਸ਼ ਕਦੋਂ ਕੀਤਾ ਇਹ ਮੈਡਮ ਸਟਾਰਟਿੰਗ ਅਸੀਂ 2004 ਦੇ ਵਿੱਚ ਕੀਤੀ ਸੀ ਓਕੇ ਤੇ 2006 ਦੇ ਵਿੱਚ ਅਸੀਂ ਬਿਲਡਿੰਗ ਬਿਲਡ ਅਪ ਕਰਕੇ ਇੱਥੇ ਜੀਐਨਐਮ ਕੋਰਸ ਤੋਂ ਅਸੀਂ ਸਟਾਰਟ ਕੀਤਾ ਪਹਿਲਾਂ ਅਸੀਂ ਕੋਰਸ ਇੱਥੇ ਨਰਸਿੰਗ ਦੇ ਨਾਲ ਰਿਲੇਟਡ ਕੱਲਾ ਜੀਐਨਐਮ ਲੈ ਕੇ ਓਕੇ ਓਕੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿਹੜੇ ਕਿਹੜੇ ਕੋਰਸਸ ਜਿਹੜੇ ਇਹਦੇ ਵਿੱਚ ਐਡ ਕੀਤੇ ਨੇ ਹੋਰ ਏਐਨਐਮ ਕੋਰਸ ਮੈਡਮ ਅਸੀਂ ਨਰਸਿੰਗ ਦਾ ਨਾਲ ਐਡ ਕੀਤਾ ਜੀ ਬੀਐਸਸੀ ਨਰਸਿੰਗ ਪੋਸਟ ਬੇਸਿਕ ਜੀ ਅਸੀਂ ਉਹ ਵੀ ਨਾਲ ਐਡ ਕੀਤਾ ਆਲਰਾਈਟ ਤੇ ਇਹਦੇ ਇਲਾਵਾ ਅਸੀਂ ਆਯੁਰਵੈਦ ਨੂੰ ਵੀ ਅਸੀਂ ਤਰਜੀਹ ਦਿੱਤੀ ਹੈ ਕਰਨ ਵਾਸਤੇ ਅਸੀਂ ਉਹਦਾ ਇੱਕ ਉਪਵੈਦ ਹੈਗਾ ਡੀ ਫਾਰਮੇਸੀ ਆਯੁਰਵੈਦਿਕ ਜੀ ਜੀ ਕੋਰਸ ਵੀ ਅਸੀਂ ਲੈ ਕੇ ਆਏ ਹੈ ਆਲਰਾਈਟ ਠੀਕ ਹੈ ਜੀ ਤੇ ਇਹਦੇ ਨਾਲ ਨਾਲ ਅਸੀਂ ਜਿੱਦਾਂ ਬੇਰੁਜ਼ਗਾਰੀ ਬਹੁਤ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਹੈਗੀ ਹੈ ਬੱਚਿਆਂ ਦੇ ਵਿੱਚ ਸਕਿੱਲ ਬਹੁਤ ਜ਼ਿਆਦਾ ਨੇ ਪਰ ਉਹਨਾਂ ਨੂੰ ਮੌਕੇ ਨਹੀਂ ਮਿਲਦੇ ਜਿਵੇਂ ਫੋਰਨ ਦੇ ਵਿੱਚ ਜਾਂਦੇ ਉਹਨਾਂ ਕੋਲੇ ਕੋਈ ਸਰਟੀਫਿਕੇਟ ਨਹੀਂ ਹੁੰਦਾ ਬੱਚੇ ਮਤਲਬ ਸ਼ੋਸ਼ਣ ਬਹੁਤ ਜ਼ਿਆਦਾ ਹੋ ਰਿਹਾ ਜੀ ਜੀ ਤੇ ਆਪਾਂ ਨੇ ਇੱਕ ਕੀ ਕੀਤਾ ਇਲੈਕਟ੍ਰੀਸ਼ੀਅਨ ਬੈਲਡਰ ਪਲੰਬਰ ਫਿਟਰ ਤੇ ਕੋਪਾ ਇਹਦੇ ਅਸੀਂ ITI ਦੇ ਕੋਰਸ ਲੈ ਕੇ ਆਏ ਹੈਗੇ ਆ ਜਿਹਦੇ ਨਾਲ ਬੱਚਾ ਆਪਣਾ ਵਧੀਆ ਭਵਿੱਖ ਬਣਾ ਸਕਦਾ ਆਲਰਾਈਟ ਸਰ ਅੱਛਾ ਜਿਵੇਂ ਤੁਸੀਂ ਆਯੁਰਵੇਦ ਦੀ ਗੱਲ ਕੀਤੀ ਸਰ ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਆਯੁਰਵੇਦ ਦਾ ਜਿਹੜਾ ਲਿਟਰੇਚਰ ਹੈਗਾ ਆ ਉਹ ਮੰਨਿਆ ਜਾਂਦਾ ਕਿ ਸਾਡੇ ਕੋਲ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਆਯੁਰਵੇਦਿਕ ਦਾ ਲਿਟਰੇਚਰ ਘੱਟ ਵਾਲੀ ਗੱਲ ਨਹੀਂ ਕਿ ਆਯੁਰਵੇਦਿਕ ਦਾ ਜਨਮ ਹੀ ਪੰਜਾਬ ਵਿੱਚ ਹੋਇਆ ਕਿਉਂਕਿ ਰਿਗਵੇਦ ਜਿਹੜੇ ਸਾਰੇ ਚਾਰ ਵੇਦ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਤੇ ਰਚੇ ਗਏ ਤੇ ਆਯੁਰਵੇਦ ਦਾ ਵੇਦ ਵੀ ਇਹਦੇ ਇਸ ਧਰਤੀ ਦੀ ਦੇਣ ਹੈ ਤੇ ਅੱਜ ਸਾਰਾ ਵਿਸ਼ਵ ਆਯੁਰਵੇਦਿਕ ਪ੍ਰਣਾਲੀ ਨੂੰ ਸਿੱਖਦਾ ਕਰ ਰਿਹਾ ਔਰ ਦਿਨੋ ਬਦਿਨ ਇਹ ਪ੍ਰਣਾਲੀ ਲੋਕਾਂ ਵਿੱਚ ਪਾਪੂਲਰ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੀ ਇਹ ਜਿਹੜੀ ਪ੍ਰਾਚੀਨ ਪ੍ਰਥਾ ਇਹ ਹੋਰ ਵਧੇਰੇ ਲੋਕਾਂ ਦੀ ਸੇਵਾ ਵਿੱਚ ਅੱਗੇ ਆ ਸਕੇ ECC ਮੈਨੇਜਮੈਂਟ ਕਮੇਟੀ ਐਲਜੀ ਗਰੁੱਪਸ ਦੀ ਤੇ ਹੁਣ ਟਾਈਮ ਹੋ ਗਿਆ ਕਿ ਮੈਂ ਤੁਹਾਨੂੰ ਸੰਗਰੂਰ ਦੀ ਸੈਰ ਤੇ ਲੈ ਕੇ ਜਾਵਾਂ ਅਗਲੀ ਡੈਸਟੀਨੇਸ਼ਨ ਤੇ ਸੋ ਕੀਪ ਵਾਚਿੰਗ ਸਿਡਨੀ ਸ਼ਹਿਰ ਘੁੰਮਦੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ ਸਿਡਨੀ ਸ਼ਹਿਰ ਘੁੰਮਦੀ ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ ਵੈਲ ਜੀ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹੜੀ ਬੀਬੀ ਸੀ ਉਹ ਸਿਡਨੀ ਐਕਚੁਅਲੀ ਚ ਗਈ ਕਿਉਂ ਬਿਕੋਜ਼ ਸੰਗਰੂਰ ਸ਼ਹਿਰ ਇੰਨਾ ਖੂਬਸੂਰਤ ਹੈ ਤੇ ਇਸ ਟਾਈਮ ਮੈਂ ਘੁੰਮ ਰਿਹਾ ਜੀ ਸੰਗਰੂਰ ਦੇ ਇਸ ਚਹਿਲ ਪਹਿਲ ਭਰੇ ਸਦਰ ਬਾਜ਼ਾਰ ਦੇ ਵਿੱਚ ਤੇ ਇਸ ਟਾਈਮ ਮੈਂ ਖੜੀ ਹਾਂ ਰਾਮ ਪ੍ਰਤਾਪ ਜਵੈਲਰਸ ਬਸੰਤ ਪਾਲ ਦੀ ਇਸ ਜਵੈਲਰੀ ਸ਼ਾਪ ਦੇ ਅੰਦਰ ਤੇ ਵੈਲ ਮੈਂ ਚੱਲੀ ਹਾਂ ਇਸ ਜਵੈਲਰੀ ਸ਼ਾਪ ਦੇ ਅੰਦਰ ਤੇ ਦੇਖਣ ਲੱਗੀ ਹਾਂ ਕਿ ਕੀ ਖਾਸ ਹੈ ਜੀ ਸੰਗਰੂਰ ਦੀ ਜਵੈਲਰੀ ਚ ਦੇਖਣਾ ਹੋਵੇਗਾ ਨਾ ਤੁਸੀਂ ਸੋ ਚਲੋ ਮੇਰੇ ਨਾਲ ਵੈਲ ਜੀ ਵਿਊ ਜਿਹੜਾ ਹੈ ਨਾ ਬਹੁਤ ਹੀ ਜ਼ਬਰਦਸਤ ਹੈ ਦੇਖਣ ਨੂੰ ਤੇ ਮੈਨੂੰ ਲੱਗਦਾ ਹੈ ਕਿ ਕ੍ਰਿਸਮਸ ਦੀ ਕਾਫੀ ਚਹਿਲ ਪਹਿਲ ਹੈ ਵੈਲ ਮੈਨੂੰ ਲੱਗਦਾ ਕਿ ਜਵੈਲਰੀ ਦੀ ਜਿਹੜੀ ਵੈਰਾਈਟੀ ਸਾਨੂੰ ਰਾਮ ਪ੍ਰਤਾਪ ਜਵੈਲਰੀਜ਼ ਤੇ ਮਿਲ ਰਹੀ ਹੈ ਨਾ ਸ਼ਾਇਦ ਸੰਗਰੂਰ ਦੇ ਵਿੱਚ ਕਿਤੇ ਹੋਰ ਨਹੀਂ ਮਿਲਦੀ ਇਸ ਕਰਕੇ ਮੈਂ ਲੱਗੀ ਹਾਂ ਜੀ ਵੈਰਾਈਟੀ ਦੇਖਣ ਵੈਲ ਰਾਮ ਪ੍ਰਤਾਪ ਜਵੈਲਰਸ ਦੀ ਜਿਹੜੀ ਜਵੈਲਰੀ ਹੈ ਨਾ ਜਿੰਨੀ ਸੁਣਨ ਚ ਸੁਣਿਆ ਸੀਗਾ ਕਿ ਬਹੁਤ ਜ਼ਿਆਦਾ ਵੈਰਾਈਟੀ ਹੈ ਬਹੁਤ ਜ਼ਿਆਦਾ ਐਂਟੀਕ ਹੈ ਯੂਨੀਕ ਹੈ ਮੈਨੂੰ ਲੱਗਦਾ ਹੈ ਕਿ ਉਹ ਸੁਣਿਆ ਥੋੜਾ ਜਿਹਾ ਘੱਟ ਪੈ ਗਿਆ ਬਿਕੋਜ਼ ਇਹ ਐਕਚੁਅਲ ਜੋ ਵੀ ਨਾਲੋਂ ਜ਼ਿਆਦਾ ਐਂਟੀਕ ਹੈ ਤੇ ਯੂਨੀਕ ਹੈ ਤੇ ਨਾਲ ਦੀ ਨਾਲ ਇਹ ਲਾਈਟ ਵੇਟ ਵੀ ਬਹੁਤ ਹੈ ਸਪੈਸ਼ਲੀ ਵਿਆਹ ਵਾਲੀਆਂ ਕੁੜੀਆਂ ਜਿਹੜੀਆਂ ਵਿਚਾਰੀਆਂ ਨੇ ਭਾਰੇ ਭਾਰੇ ਲਹਿੰਗੇ ਪਾਉਣੀਆਂ ਪਰ ਇਹਨੀ ਭਾਰੀ ਭਾਰੀ ਜਵੈਲਰੀ ਨਾ ਉਹਨਾਂ ਲਈ ਤਾਂ ਬਹੁਤ ਵੱਡੀ ਰਿਲੈਕਸੇਸ਼ਨ ਹੈ ਇਹ ਸਾਰੀਆਂ ਚੀਜ਼ਾਂ ਜੇ ਮੈਂ ਦੇਖਦੀ ਰਹੀ ਤੇ ਮੈਨੂੰ ਲੱਗਣਾ ਹੈ ਕਿ ਇਹ ਮੈਂ ਦੇਖਦੀ ਰਵਾਂ ਪਰ ਹੁਣ ਵੇਲਾ ਹੋ ਗਿਆ ਕਿ ਮੈਂ ਤੁਹਾਡੇ ਪਿਆਰੇ ਪਿਆਰੇ ਕਸਟਮਰਸ ਦੇ ਨਾਲ ਕਰਾਂ ਗੱਲਬਾਤ ਸੋ ਆਓ ਦੇਖਦੇ ਹਾਂ ਉਹਨਾਂ ਦਾ ਕੀ ਇੰਟਰਸਟ ਹੈ ਲਾ ਜੀ ਹੁਣ ਮੈਂ ਬੈਠੀ ਹਾਂ ਰਾਮ ਪ੍ਰਤਾਪ ਜਵੈਲਰਸ ਦੇ ਕਸਟਮਰਸ ਦੇ ਕੋਲ ਵੈਲ ਇਹਨਾਂ ਪਿਆਰੇ ਪਿਆਰੇ ਕਸਟਮਰਸ ਦੇ ਨਾਲ ਆਪਾਂ ਕਰਦੇ ਹਾਂ ਜੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕਿੱਥੋਂ ਆਏ ਹੋ ਅਸੀਂ ਲੋਕਲ ਹੀ ਹਾਂ ਜੀ ਆਲਰਾਈਟ ਠੀਕ ਹੈ ਤੇ ਰਾਮ ਪ੍ਰਤਾਪ ਜਵੈਲਰਸ ਦੀ ਅੱਜ ਤੁਸੀਂ ਕੀ ਪਰਚੇਸ ਕਰਨ ਆਏ ਹੋ ਅਸੀਂ ਸੈੱਟ ਵਗੈਰਾ ਦੇਖਣ ਆਏ ਆ ਬੈਂਗਲਸ ਵਗੈਰਾ ਆਲਰਾਈਟ ਵੈਸੇ ਕੋਈ ਫੰਕਸ਼ਨ ਹੈ ਮੈਂ ਸਭ ਕੁਝ ਇਕੱਠਾ ਅੱਜ ਹੀ ਆ ਰਹੀ ਹਾਂ ਜੀ ਮੈਰਿਜ ਦੀ ਤਿਆਰੀ ਕਰ ਰਹੇ ਹਾਂ ਤੇ ਕਿੰਨੇ ਸਾਲ ਤੋਂ ਆ ਰਹੇ ਹੋ ਮੈਮ ਇਸ ਸ਼ਾਪ ਤੇ ਤੁਸੀਂ
ਕਾਫੀ ਸਾਲ ਤੋਂ ਆ ਰਹੀ ਹੈ। ਓਕੇ ਠੀਕ ਹੈ ਜੀ, ਤੇ ਤੁਹਾਨੂੰ ਕੀ ਜ਼ਿਆਦਾ ਪਸੰਦ ਹੈ ਇਥੋਂ ਦੀ ਜਵੈਲਰੀ ਵਿੱਚ? ਇਸੇ ਦੇ ਡਿਜ਼ਾਈਨ ਨੂੰ ਕਹਿਣਾ ਬਹੁਤ ਅੱਛੇ ਹੁੰਦੇ ਆ। ਓਕੇ ਥੈਂਕ ਯੂ ਸੋ ਮਚ ਜੀ। ਵੈਲ ਓ ਵਾਓ, ਮੈਨੂੰ ਲੱਗਦਾ ਕਿ ਅਸਲੀ ਸ਼ਾਪਿੰਗ ਤਾਂ ਇਹਨਾਂ ਨੇ ਕਰਨੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਬੜੇ ਚਾਰਮਿੰਗ ਚਾਰਮਿੰਗ ਲੱਗ ਰਹੇ ਹੋ, ਕੋਈ ਖਾਸ ਗੱਲ? ਮੈਮ ਮੇਰੀ ਸ਼ਾਦੀ ਆ। ਓ ਮਾਈ ਗੋਡ, ਫਿਰ ਤਾਂ ਤੁਹਾਨੂੰ ਵਧਾਈਆਂ। ਥੈਂਕ ਯੂ ਮੈਮ। ਤੇ ਵਧਾਈਆਂ ਮੈਨੂੰ ਇਸ ਲਈ ਵੀ ਦੇਣੇ ਚਾਹੀਦੇ ਤੁਸੀਂ ਪ੍ਰਤਾਪ ਜਵੈਲਰਸ ਤੋਂ ਅੱਜ ਸ਼ਾਪਿੰਗ ਕਰਨਾ ਹੈ, ਰਾਈਟ? ਹਾਂਜੀ। ਤੇ ਕੀ ਪਰਚੇਸ ਕਰਨਾ ਹੈ ਖਾਸ? ਮੈਮ ਮੈਨੇ ਸੈੱਟ ਪਰਚੇਸ ਕਰਨਾ। ਸੋ ਇਹ ਸੀ ਜੀ ਕਸਟਮਰਸ ਦੇ ਨਾਲ ਗੱਲਬਾਤ, ਤੇ ਜਾਣਿਆ ਫਿਰ ਆਪਾਂ ਕੁਆਲਿਟੀ ਦਾ ਰਾਜ਼ ਤੇ ਵੈਰਾਈਟੀ ਦਾ ਰਾਜ਼। ਵੈਲ ਹੁਣ ਵਾਰੀ ਹੈ ਜੀ ਮੈਨੇਜਮੈਂਟ ਦੀ, ਸੋ ਚਲੋ ਕਰਦੇ ਹਾਂ ਜੀ ਮੈਨੇਜਮੈਂਟ ਦੇ ਨਾਲ ਗੱਲਬਾਤ। ਵੈਲ ਜੀ ਇਸ ਵਕਤ ਮੈਂ ਬੈਠੀ ਹਾਂ ਜੀ ਰਾਮ ਪ੍ਰਤਾਪ ਜਵੈਲਰ ਤੇ ਮੈਨੇਜਮੈਂਟ ਟੀਮ ਦੇ ਕੋਲ, ਤੇ ਆਪਾਂ ਕਰਦੇ ਹਾਂ ਜੀ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਅੱਛਾ ਸਰ, ਮੈਨੂੰ ਇਹ ਦੱਸੋ ਕਿ ਜਿਹੜੀ ਤੁਹਾਡੀ ਕਲੈਕਸ਼ਨ ਹੈ, ਮੈਂ ਦੇਖੀ ਬਹੁਤ ਯੂਨੀਕ ਤੇ ਐਂਟੀਕ ਹੈਗੀ ਹੈ, ਇਹ ਕਿੱਥੋਂ ਤੁਸੀਂ ਇਕੱਠੀ ਕੀਤੀ ਹੈ? ਦੇਖੋ ਬੇਸਿਕਲੀ ਤਾਂ ਇਹਦੀ ਡੇਨਿੰਗ ਅਸੀਂ ਆਪਣੇ ਕਾਰੀਗਰ ਕੋਲੋਂ ਤਿਆਰ ਕਰਵਾਉਂਦੇ ਹਾਂ ਜੀ, ਫਿਰ ਵੀ ਅਸੀਂ ਦਿੱਲੀ ਤੋਂ ਵੀ ਮੁੰਬਈ ਤੋਂ ਵੀ ਵਰਾਇਟੀ ਆਉਂਦੀ ਹੈ ਤੇ ਅਸੀਂ ਚਾਹੁੰਦੇ ਵੀ ਸਾਡੇ ਕਸਟਮਰ ਨੂੰ ਜੋ ਸੰਗਰੂਰ ਦੇ ਹੈਗੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਵਰਾਇਟੀ ਉਰੇ ਮਿਲੇ। ਅੱਛਾ, ਤੁਸੀਂ ਸੰਗਰੂਰ ਦੇ ਵਿੱਚ ਇਹ ਸ਼ਾਪ ਜਿਹੜੀ ਹੈ ਇਸਟੈਬਲਿਸ਼ ਕਦੋਂ ਕੀਤੀ ਸੀ? ਇਹ ਸਾਡੀ ਸ਼ਾਪ 1919 ਤੋਂ ਮੇਰੇ ਦਾਦਾ ਜੀ ਸ਼੍ਰੀ ਰਾਮ ਪ੍ਰਤਾਪ ਵਰਮਾ ਜੀ ਨੇ ਉਰੇ ਸਥਾਪਿਤ ਕੀਤੀ ਸੀ ਇਹ, ਉਸ ਤੋਂ ਬਾਅਦ ਆਪਣੇ ਕਸਟਮਰ ਦੀ ਪੂਰੀ ਸੇਵਾ ਕਰ ਰਿਹਾ। ਸੋ ਹੁਣ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ ਸੰਗਰੂਰ ਸ਼ਹਿਰ ਦੀ ਸਾਰ ਤੇ ਇੱਕ ਨਵੀਂ ਡੈਸਟੀਨੇਸ਼ਨ ਤੇ। ਸੋ ਚੱਲਦੇ ਹਾਂ ਜੀ ਐਂਡ ਦੇਖਦੇ ਹਾਂ ਕਿ ਸੰਗਰੂਰ ਸ਼ਹਿਰ ਦੇ ਵਿੱਚ ਸਾਡੇ ਲਈ ਅਗਲਾ ਸਰਪ੍ਰਾਈਜ਼ ਕੀ ਹੈ। ਸਿਡਨੀ ਸ਼ਹਿਰ ਘੁੰਮਦੀ ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ, ਸਿਡਨੀ ਸ਼ਹਿਰ ਘੁੰਮਦੀ ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ, ਲੰਘ ਗਈ ਸੱਤ ਬੈਂਡ ਲੈ ਕੇ ਤੂੰ ਲੰਘ ਗਈ ਸੱਤ ਬੈਂਡ ਲੈ ਕੇ ਨੀ ਜੱਟ ਸੱਤ ਕਿੱਲੇ ਸੱਤੇ ਦਿਨ ਵਾਵੇ, ਤੂੰ ਸਿਡਨੀ ਸ਼ਹਿਰ ਘੁੰਮਦੀ ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ, ਸਿਡਨੀ ਸ਼ਹਿਰ ਘੁੰਮਦੀ ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ। ਲਾ ਜੀ ਸੰਗਰੂਰ ਸ਼ਹਿਰ ਦੀ ਸੈਰ ਕਰਦੇ ਹੋਏ ਇਸ ਵਕਤ ਮੈਂ ਪਹੁੰਚ ਚੁੱਕੀ ਹਾਂ ਜੀ ਪਟਿਆਲਾ ਗੇਟ ਮਾਰਕੀਟ ਦੇ ਵਿੱਚ, ਤੇ ਇਸ ਵਕਤ ਪਟਿਆਲਾ ਗੇਟ ਮਾਰਕੀਟ ਦੇ ਵਿੱਚ ਮੈਂ ਖੜੀ ਹਾਂ ਜੀ ਥਵੇਚਾ ਬੇਕਰਸ ਐਂਡ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ, ਬਿਕੋਜ਼ ਖਾਣ ਪੀਣ ਦਾ ਟਾਈਮ ਹੋ ਗਿਆ ਜੀ। ਵੈਲ ਹੁਣ ਮੈਂ ਚੱਲੀ ਹਾਂ ਇਸ ਰੈਸਟੋਰੈਂਟ ਦੇ ਅੰਦਰ ਤੇ ਦੇਖਣ ਲੱਗੀ ਹਾਂ ਕਿ ਸੰਗਰੂਰ ਸ਼ਹਿਰ ਦੇ ਵਿੱਚ ਖਾਸ ਖਾਣ ਪੀਣ ਲਈ ਮਿਲਦਾ ਕੀ ਹੈ। ਸੋ ਚਲੋ ਟੇਸਟ ਕਰਦੇ ਹਾਂ ਫਿਰ ਥਵੇਚਾ ਬੇਕਰਸ ਵਿੱਚ। ਸਿਡਨੀ ਸ਼ਹਿਰ ਘੁੰਮਦੀ ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ, ਸਾਓ ਖੁਸ਼ਬੂ ਤਾਂ ਬਹੁਤ ਅੱਛੀ ਆ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਇੱਥੇ ਬੇਕਰੀ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਹੋਣੀਆਂ ਬਹੁਤ ਜ਼ਿਆਦਾ ਡਿਲੀਸ਼ੀਅਸ ਹੋਣੀਆਂ ਨੇ। ਮੈਨੂੰ ਲੱਗਦਾ ਹੈ ਕਿ ਇੰਨੀ ਸਾਰੀ ਵੈਰਾਈਟੀ ਦੇਖ ਕੇ ਨਾ ਮੈਂ ਬਹੁਤ ਜ਼ਿਆਦਾ ਕਨਫਿਊਜ਼ ਹਾਂ ਕਿ ਮੈਂ ਸਭ ਤੋਂ ਪਹਿਲਾਂ ਟੇਸਟ ਕੀ ਕਰਾਂ। ਅੱਛਾ ਅੱਛਾ ਅੰਕਲ ਜੀ, ਸਭ ਤੋਂ ਪਹਿਲਾਂ ਤਾਂ ਇਹ ਵਾਲੀ ਵਾਈਟ ਕਲਰ ਦੀ ਬਰਫੀ ਟੇਸਟ ਕਰਾਓ। ਔਸਮ ਹੈ, ਬਹੁਤ ਜ਼ਿਆਦਾ ਟੇਸਟੀ ਹੈ। ਹੁਣ ਮੇਰੇ ਕੋਲ ਪਹੁੰਚ ਚੁੱਕੀਆਂ ਨੇ ਥਰੇਜਾ ਦੀਆਂ ਬੈਸਟ ਡਿਸ਼ਿਜ਼, ਇੰਕਲੂਡਿੰਗ ਚਾਕਲੇਟ ਕੇਕ, ਬਲੈਕ ਕਰੰਟ ਕੇਕ, ਬਟਰ ਸਕੌਚ ਐਂਡ ਵਨੀਲਾ। ਵੈਲ ਮੈਂ ਸੋਚ ਰਹੀ ਹਾਂ ਕਿ ਮੈਂ ਜਿਹੜੀ ਸ਼ੁਰੂਆਤ ਹੈ ਨਾ ਉਹ ਕਿਸ ਚੀਜ਼ ਤੋਂ ਕਰਾਂ, ਬਿਕੋਜ਼ ਮੈਨੂੰ ਲੱਗ ਰਿਹਾ ਹੈ ਕਿ ਸਾਰਾ ਕੁਝ ਹੀ ਬਹੁਤ ਜ਼ਿਆਦਾ ਡਿਲੀਸ਼ੀਅਸ ਹੋਣ ਵਾਲਾ ਹੈ, ਤੇ ਮੈਂ ਕਰਦੀ ਹਾਂ ਸ਼ੁਰੂਆਤ ਚਾਕਲੇਟ ਕੇਕ ਤੋਂ। ਵੈਲ ਤੁਹਾਨੂੰ ਪਤਾ ਇਹ ਚਾਕਲੇਟ ਕੇਕ ਖਾਂਦੇ ਖਾਂਦੇ ਭਾਵੇਂ ਦੋ ਟੁਕੜਿਆਂ 'ਚ ਵੰਡਿਆ ਗਿਆ, ਪਰ ਇਹਦਾ ਸਵਾਦ ਜਿਹੜਾ ਨਾ ਬਿਲਕੁਲ ਇੱਕ ਕੇਕ ਵਰਗਾ ਹੀ ਹੈ, ਬਿਕੋਜ਼ ਇਟਸ ਰੀਲੀ ਵੈਰੀ ਮੱਚ ਡਿਲੀਸ਼ੀਅਸ। ਤੇ ਹੁਣ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਥਵੇਜਾਸ ਨੇ ਇਹਨਾਂ ਦੀ ਬੇਕਰੀ ਦੀ ਜਿਹੜੀ ਸਪੈਸ਼ਲਿਟੀ ਹੈ ਉਹ ਨੇ ਜੀ ਇਹ ਬਿਸਕਿਟ, ਜਿਹੜੇ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ 'ਚ ਮਿਲਦੇ ਨੇ, ਲਾਈਕ ਆਟੇ ਦੇ ਵੀ ਮਿਲਦੇ ਨੇ ਤੇ ਹੋਰ ਜਿਸ ਤਰ੍ਹਾਂ ਦੇ, ਯਾਨੀ ਕਿ ਦੇਸੀ ਘਿਓ ਦੇ ਵਿੱਚ ਤੁਸੀਂ ਇਹ ਬਿਸਕਿਟ ਜਿਹੜੇ ਆ ਥਵੇਜਾਸ ਤੋਂ ਪਰਚੇਸ ਕਰ ਸਕਦੇ ਹੋ, ਤੇ ਸਰਵ ਕਰ ਸਕਦੇ ਹੋ ਜੀ ਆਪਣੇ ਫੇਵਰੇਟ ਗੈਸਟ ਨੂੰ। ਹੁਣ ਵਾਰੀ ਹੈਗੀ ਜੀ ਮੇਰੀ ਫੇਵਰੇਟ ਡਿਸ਼ ਯਾਨੀ ਕਿ ਪਿੱਜ਼ਾ ਦੀ, ਜੋ ਕਿ ਥਰੇਜਾਸ ਨੇ ਬਹੁਤ ਵਧੀਆ ਤਰੀਕੇ ਨਾਲ ਡੈਕੋਰੇਟ ਕਰਕੇ ਸਰਵ ਕੀਤਾ। ਕੇਕ ਜਿਹੜੇ ਨੇ ਨਾ ਇੰਨਾ ਕੁ ਮੈਨੂੰ ਅਟਰੈਕਟ ਕਰ ਰਹੇ, ਮੇਰਾ ਦਿਲ ਕਰਦਾ ਕਿ ਮੈਂ ਸਾਰੇ ਪਹਿਲਾਂ ਇੱਕ ਇੱਕ ਵਾਰੀ ਇਹ ਖਾਣਾ, ਤੇ ਵੈਸੇ ਪੀਜ਼ਾ ਤਾਂ ਪੀਜ਼ਾ ਹੀ ਹੈ ਨਾ, ਸੋ ਪਲੀਜ਼ ਤੁਸੀਂ ਲਓ ਇੱਕ ਛੋਟਾ ਜਿਹਾ ਬ੍ਰੇਕ ਜਦ ਤੱਕ ਮੈਂ ਪੀਜ਼ਾ ਖਤਮ ਕਰ ਲਾਂ। सेहत है तो जिंदगी है, और जब सेहत की बात होगी तो पुखराज एलोवेरा से शुरुआत होगी, जो न केवल आपको बीमारियों से बचाए बल्कि स्वस्थ और खूबसूरत भी बनाए। पुखराज। वेलकम बैक आफ्टर दिस डिलीशियस ब्रेक। वेल थ्रोजास ने मैं बहुत सारा डिलीशियस खाना जो है एंजॉय कर चुकी हूं, तो फोन में गलबात कर लगी है जी
ਰੇਜਰਸ ਦੀ ਮੈਨੇਜਮੈਂਟ ਟੀਮ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਠੀਕ ਸਰ। ਤੁਹਾਡਾ ਜਿਹੜਾ ਖਾਣ ਪੀਣ ਦਾ ਜਿਹੜਾ ਵੀ ਤੁਸੀਂ ਸਮਾਨ ਮੈਨੂੰ ਦਿੱਤਾ ਨਾ, ਇੰਨੀਆਂ ਸਾਰੀਆਂ ਵੈਰਾਈਟੀਆਂ ਦੇ ਵਿੱਚ ਸੋ ਡਿਲੀਸ਼ੀਅਸ। ਅੱਛੇ ਅੱਛੇ ਵੈਰਾਈਟੀ ਬਣਾਉਂਦੇ ਅਸੀਂ ਬੇਕਰੀ ਦੇ ਵਿੱਚ। ਓਕੇ। ਅਸੀਂ ਜਿਸ ਤਰ੍ਹਾਂ ਕੇਕ ਹੋ ਗਏ ਜੀ, ਜੀ ਜੀ ਜੀ, ਔਰ ਅਸੀਂ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਹੈ ਫੋਟੋ ਕੇਕ। ਆਲਰਾਈਟ, ਠੀਕ ਹੈ। ਡਿਸਟ੍ਰਿਕਟ ਸਰੂਰ ਜੀ ਕਿਸੇ ਕੋਲ ਨਹੀਂ ਹੈ। ਆਲਰਾਈਟ, ਠੀਕ ਹੈ। ਅਸੀਂ ਨਵਾਂ ਕਨਸੈਪਟ ਸ਼ੁਰੂ ਕੀਤਾ ਹੈ। ਓਕੇ। ਕਿ ਆਪਣੀ ਕੋਈ ਵੀ ਫੋਟੋ ਜਿਸ ਤਰ੍ਹਾਂ ਕੋਈ ਸਾਨੂੰ ਦਿੰਦਾ ਹੈ, ਅਸੀਂ ਉੱਪਰ ਫੋਟੋ ਲਗਾ ਕੇ ਕੇਕ ਤਿਆਰ ਕਰਦੇ ਹਾਂ। ਇਹ ਸੀ ਜੀ ਤੁਹਾਡੇ ਜਸਟ ਦੀ ਮੈਨੇਜਮੈਂਟ ਟੀਮ ਤੇ ਹੋਂ ਸੰਗਰੂਰ ਦੀ ਸੈਰ ਤੇ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ ਅਗਲੀ ਮੰਜ਼ਿਲ ਤੇ। ਸੋ ਚਲੋ ਮੇਰੇ ਨਾਲ। ਕੁਆਲਿਟੀ Sweets, it's really wow. Well, Royal Fashion Hub ਦੇ ਵਿੱਚ ਤੁਹਾਨੂੰ ਪਤਾ ਕਿ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਹੈ ਉਹ ਸਭ ਕੁਛ ਇਸ ਫੈਸ਼ਨ ਹੱਬ ਦੇ ਵਿੱਚ ਅਵੇਲੇਬਲ ਹੈ। ਲਾਈਕ ਕੋਟ ਪੈਂਟਸ ਹੋ ਗਏ, ਪਿੰਟ ਸ਼ਰਟ ਹੋ ਗਿਆ, ਜਾਂ ਫਿਰ ਕੁੜਤਾ ਪਜਾਮਾ, ਯਾਨੀ ਕਿ ਵਰਾਇਟੀ ਵੀ ਪਲੱਸ ਕਲਰਸ ਵੀ, ਤੁਹਾਨੂੰ ਹਰ ਤਰ੍ਹਾਂ ਦੀ ਚੋਇਸ ਜਿਹੜੀ ਆ ਉਹ ਇਸ ਫੈਸ਼ਨ ਹੱਬ ਦੇ ਵਿੱਚ ਅਵੇਲੇਬਲ ਮਿਲੇਗੀ। ਚੀਜ਼ਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਹੋਣਾ ਕਿ ਜਿਹੜਾ ਰਾਇਲ ਦ ਫੈਸ਼ਨ ਹੱਬ ਹੈ ਇਹ ਮੈਂਸ ਦੀਆਂ ਜਿੰਨੀਆਂ ਵੀ ਰਿਕੁਆਇਰਮੈਂਟਸ ਨੇ ਉਸਨੂੰ ਸਾਰਿਆਂ ਨੂੰ ਫੁਲਫਿਲ ਕਰਦੀ ਹੈ। ਤੇ ਫਿਲਹਾਲ ਮੈਂ ਦੇਖ ਰਹੀ ਹਾਂ ਜੀ ਕੁਝ ਚਹਿਲ ਪਹਿਲ ਕਸਟਮਰਸ ਦੀ, ਤੇ ਹੁਣ ਕਰਦੀ ਹਾਂ ਕਸਟਮਰਸ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਸਰ ਤੁਹਾਡਾ ਗੁੱਡ ਨੇਮ? ਮੇਰਾ ਹਿਤੇਸ਼। ਓਕੇ ਹਿਤੇਸ਼ ਜੀ, ਤੁਸੀਂ ਦੱਸੋ ਕਿ ਤੁਹਾਨੂੰ ਇੱਥੇ ਸਭ ਤੋਂ ਵੱਧ ਪਸੰਦ ਕੀ ਹੈ? ਮੈਨੂੰ ਇੱਥੇ ਸਭ ਤੋਂ ਵੱਧ ਕੁੜਤੇ ਪਜਾਮੇ ਦੀ ਕਲੈਕਸ਼ਨ ਪਸੰਦ ਹੈ। ਆਲਰਾਈਟ, ਕੋਈ ਖਾਸ ਗੱਲ? ਖਾਸ ਗੱਲ ਇੱਥੇ ਐਵੇਂ ਹੈ ਜਿਵੇਂ ਗਰਮੀਆਂ 'ਚ ਹਰੇਕ ਕਲਰ ਇੱਥੇ ਅਵੇਲੇਬਲ ਹੈ। ਵੈਲ ਤੁਹਾਨੂੰ ਪਤਾ ਕਿ ਜਿਹੜੀ ਖੂਬਸੂਰਤ ਜੀ ਕਲੈਕਸ਼ਨ ਹੈ ਸਿਰਫ ਇੰਡੀਆ ਦੀ ਨਹੀਂ ਪੂਰੇ ਵਰਲਡ ਦੀ ਬੈਸਟ ਕਲੈਕਸ਼ਨ ਜਿਹੜੀ ਹੈ ਰਾਇਲ ਦਾ ਫੈਸ਼ਨ ਹੱਬ ਦੇ ਵਿੱਚ ਇਕੱਠੀ ਕੀਤੀ ਹੋਈ ਹੈ। ਇਹ ਸਾਰੇ ਬ੍ਰਾਂਡਸ ਨੇ ਜਿਹੜੇ ਇੰਟਰਨੈਸ਼ਨਲ ਬ੍ਰਾਂਡਸ ਨੇ, ਰੇਮੰਡ ਹੋ ਗਿਆ, ਸੌਕਟਾਸ ਹੋ ਗਿਆ, ਲਿਨਨ ਹੋ ਗਿਆ, ਸਾਰੇ ਦੇ ਸਾਰੇ ਬ੍ਰਾਂਡ ਜਿਹੜੇ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਲ ਰਹੇ ਨੇ ਜੀ ਸੰਗਰੂਰ ਰਾਇਲ ਦਾ ਫੈਸ਼ਨ ਹੱਬ ਦੇ ਵਿੱਚ। ਵੈਲ ਹੁਣ ਵੇਲਾ ਹੋ ਗਿਆ ਜੀ ਆਪਾਂ ਇੱਥੋਂ ਦੀ ਮੈਨੇਜਮੈਂਟ ਦੇ ਨਾਲ ਗੱਲਬਾਤ ਕਰੀਏ। ਇਸ ਵਕਤ ਮੈਂ ਖੜੀ ਹਾਂ ਰਾਇਲ ਦਾ ਫੈਸ਼ਨ ਹੱਬ ਦੇ ਓਨਰ ਦੇ ਕੋਲ। ਵੈਲ ਆਪਾਂ ਕਰਦੇ ਹਾਂ ਜੀ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਗੁੱਡ ਨੇਮ? ਲਲਿਤ ਸਹਿਗਲ ਲੱਕੀ। ਓਕੇ ਲੱਕੀ ਸਰ, ਇਹ ਦੱਸੋ ਕਿ ਇਹ ਜਿਹੜਾ ਫੈਸ਼ਨ ਹੱਬ ਹੈਗਾ ਤੁਸੀਂ ਸੰਗਰੂਰ ਦੇ ਵਿੱਚ ਅਸਟੈਬਲਿਸ਼ ਕਦੋਂ ਕੀਤਾ? ਅਸੀਂ 27 ਅਕਤੂਬਰ ਨੂੰ ਇਹ ਇੱਥੇ ਓਪਨਿੰਗ ਕੀਤੀ ਸੀ ਸਰ। ਓਕੇ। ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ। ਓਕੇ। ਕਸਟਮਰ ਬਹੁਤ ਜ਼ਿਆਦਾ ਜੁੜ ਰਿਹਾ ਹੈ। ਓਕੇ। ਇਸ ਦਾ ਇੱਕ ਕਾਰਨ ਇਹ ਹੈ ਕਿ ਅਸੀਂ ਕਸਟਮਰ ਨੂੰ ਬਿਲਕੁਲ ਨਵੇਂ ਡਿਜ਼ਾਈਨ ਕੋਟ ਪੈਂਟ ਦੇ ਡਿਜ਼ਾਈਨ, ਲਾਈਕ ਡਿਜ਼ਾਈਨਰ ਕੋਟ ਪੈਂਟ, ਨਹਿਰੂ ਜੈਕਟ, ਪੈਂਟ ਸ਼ਰਟ ਆਲਰਾਈਟ ਦੇ ਰਹੇ ਹਾਂ। ਤੇ ਮੁਕਸਰੀ ਕੁੜਤੇ ਪਜਾਮੇ ਆ ਗਏ, ਇਸ 'ਚ ਅਸੀਂ ਸਾਰੀ ਅਸੈਸਰੀ ਵੀ ਬਿਲਕੁਲ ਲੇਟੈਸਟ ਕੰਪਨੀਆਂ ਦੀ ਜਿਵੇਂ ਦੇ ਰਹੇ ਹਾਂ। ਕਸਟਮਰ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਅੱਗੇ ਕਸਟਮਰ ਨੂੰ ਬਾਹਰ ਜਾਣਾ ਪੈਂਦਾ ਸੀਗਾ, ਇਸ ਕਰਕੇ ਹੁਣ ਉਹਨਾਂ ਦੇ ਸ਼ਹਿਰ 'ਚ ਅਸੀਂ ਸਾਰੀ ਇੱਕੋ ਛੱਤ ਥੱਲੇ ਉਹਨਾਂ ਨੂੰ ਵਰਾਇਟੀ ਅਵੇਲੇਬਲ ਕਰਾ ਦਿੱਤੀ ਹੈ। ਸੋ ਹੁਣ ਚੱਲਦੇ ਜੀ ਆਪਾਂ ਸੰਗਰੂਰ ਦੀ ਸੈਰ ਤੇ ਇੱਕ ਨਵੇਂ ਡੈਸਟੀਨੇਸ਼ਨ ਤੇ। ਚਲੋ ਮੇਰੇ ਨਾਲ। ਵੈਰਾਇਟੀ
ਸ੍ਰੀ ਰਾਜਿੰਦਰ ਐਗਰੋ ਇੰਡਸਟਰੀਜ਼ ਦੀ ਮੈਨੂਫੈਕਚਰਿੰਗ ਟੀਮ। ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਕਿ ਕਿੰਨੀ ਮਿਹਨਤ ਦੇ ਨਾਲ ਇਹ ਲੋਕ ਇਹ ਸਟਾਰ ਰੀਪਰ ਨੂੰ ਤਿਆਰ ਕਰ ਰਹੇ ਨੇ, ਜਿਹਦੇ ਨਾਲ ਤੁਸੀਂ ਤੂੜੀ ਬਣਾਉਣੀ ਹੁੰਦੀ ਹੈ ਤੇ ਮਤਲਬ ਕਿੰਨੀ ਮੀਨਸ ਨਾਲ ਬਣਾਇਆ ਜਾਂਦਾ, ਸੋ ਦੈਟ ਕਿ ਜਿਹੜੇ ਸਾਡੇ ਕਿਸਾਨ ਭਰਾ ਨੇ ਜਾਂ ਜਿਹੜੇ ਵੀ ਖੇਤੀ ਕਰਦੇ ਨੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਨਾ ਆਵੇ। ਲੱਗੇਗਾ ਮਸ਼ੀਨ ਤੁਸੀਂ ਮੇਰੇ ਮਗਰ ਦੇਖ ਰਹੇ ਹੋ, ਇਹ ਉਹ ਕਟਰ ਮਸ਼ੀਨ ਹੈ ਜਿਹਦੇ ਨਾਲ ਜਿਹੜੇ ਲੋਹੇ ਦੇ ਵੱਡੇ ਵੱਡੇ ਪਾਰਟਸ ਆ ਉਹਨਾਂ ਨੂੰ ਕੱਟ ਕੇ ਇੱਕ ਪ੍ਰੋਪਰ ਮਸ਼ੀਨ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ। ਵੈਲ ਬੜਾ ਹੀ ਡੇਂਜਰਸ ਕੰਮ ਹੈ, ਮੈਨੂੰ ਇੱਥੇ ਆ ਕੇ ਇੰਝ ਲੱਗ ਰਿਹਾ ਕਿ ਜਿਹੜੇ ਵੀ ਲੋਕ ਇੱਥੇ ਕੰਮ ਕਰਦੇ ਨੇ ਬਹੁਤ ਹੀ ਜ਼ਿਆਦਾ ਮਿਹਨਤੀ ਨੇ ਤੇ ਅਸੀਂ ਲੋਕ ਜਿਹੜੀਆਂ ਸਹੂਲਤਾਂ ਮੰਗਦੇ ਹਾਂ ਫਿਰ ਉਹ ਚਾਹੇ ਮਸ਼ੀਨ ਦੇ ਜ਼ਰੀਏ ਹੋਣ ਜਾਂ ਫਿਰ ਸਾਡੇ ਘਰ ਬੈਠਾ ਸਾਨੂੰ ਜਿਹੜੀਆਂ ਚੀਜ਼ਾਂ ਅਵੇਲੇਬਲ ਹੋ ਜਾਂਦੀਆਂ ਜਸਟ ਬਿਕੋਜ਼ ਆਫ ਦੀਸ ਪੀਪਲ, ਬਿਕੋਜ਼ ਦੇ ਆਰ ਰੀਲੀ ਡੂਇੰਗ ਵੈਰੀ ਮਚ ਹਾਰਡ ਵਰਕ ਫਾਰ ਆਰ ਫੈਸਿਲਿਟੀ। ਜਿਹਦੀ ਮੈਨੂਫੈਕਚਰਿੰਗ ਤੇ ਕਲਰਿੰਗ ਦੇਖੀ ਤੁਸੀਂ ਉਹ ਜੀ ਐਕਚੁਅਲ ਮਸ਼ੀਨ, ਮੈਂ ਤੁਹਾਨੂੰ ਕਿਹਾ ਸੀ ਨਾ ਇਹ ਜਿਹੜਾ ਰੰਗ ਹੋਣਾ ਬਿਲਕੁਲ ਤੁਹਾਡੀ ਫਸਲ ਦੇ ਨਾਲ ਤੁਹਾਡੀ ਕਣਕ ਦੇ ਨਾਲ ਮਿਲਦਾ ਜੁਲਦਾ ਹੋਣਾ ਤੇ ਇਸ ਤੋਂ ਬਾਅਦ ਤੁਹਾਨੂੰ ਪਤਾ ਇਹ ਜਿਹੜਾ ਰਾਜਿੰਦਰ ਐਗਰੋ ਇੰਡਸਟਰੀਜ਼ ਹੈਗਾ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਦੀ ਮੈਨੂਫੈਕਚਰਿੰਗ ਹੁੰਦੀ ਹੈ, ਇੱਕ ਤਾਂ ਤੁਸੀਂ ਦੇਖ ਲਈ ਮੈਨੂਫੈਕਚਰਿੰਗ ਜਿਹੜੀ ਸਟਾਰ ਰੀਪਰ ਦੀ ਹੈਗੀ ਹੈ, ਮੱਡ ਲੋਡਰ ਇੱਥੇ ਤਿਆਰ ਕੀਤਾ ਜਾਂਦਾ ਆ ਤੇ ਇਹ ਹੈ ਜੀ ਉਹ ਮੱਡ ਲੋਡਰ ਜਿਹੜਾ ਕਿ ਮਿੱਟੀ ਨੂੰ ਲੋਡ ਕਰਨ ਦੇ ਲਈ ਕੰਮ ਆਉਂਦਾ ਆ ਤੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਮਸ਼ੀਨਸ ਨੇ ਇਹ ਸਾਡੇ ਰੈਗੂਲਰ ਕੰਮ ਵਿੱਚ ਆਉਣ ਵਾਲੀਆਂ ਚੀਜ਼ਾਂ ਨੇ, ਭਾਵੇਂ ਖੇਤਾਂ ਦੇ ਵਿੱਚ ਬੁਣਾਈ ਦਾ ਕੰਮ ਹੋਵੇ ਜਾਂ ਉਚਾਈ ਨਵਾਈ ਦਾ ਕੰਮ ਹੋਵੇ, ਭਾਵੇਂ ਸਾਨੂੰ ਜਿਹੜੀਆਂ ਨਾ ਰੈਗੂਲਰ ਚਾਹੀਦੇ ਹੁੰਦੇ ਨੇ ਤਾਂ ਇਹ ਹੈਗਾ ਜੀ ਸੀਡ ਡਰਿੱਲ ਕੰਮ ਰੋਟਾਵੇਟਰ, ਯਾਨੀ ਕਿ ਇਹ ਤੁਹਾਨੂੰ ਇੱਕ ਮਸ਼ੀਨ ਦੋ ਕੰਮ ਦਿੰਦੀ ਆ, ਬੀਜਣ ਦਾ ਵੀ ਤੇ ਰੋਟਾਵੇਟਰ ਦਾ ਵੀ। ਵੈਲ ਮੈਨੂੰ ਲੱਗਦਾ ਹੈ ਕਿ ਜਿੰਨੀ ਜ਼ਿਆਦਾ ਵਰਾਇਟੀ ਤੁਸੀਂ ਇਸ ਰਾਜਿੰਦਰ ਐਗਰੋ ਇੰਡਸਟਰੀ ਦੇ ਵਿੱਚ ਦੇਖ ਲਿਆ, ਇਹ ਨਹੀਂ ਸੰਗਰੂਰ ਦੇ ਵਿੱਚ ਤੁਹਾਨੂੰ ਕਿਤੇ ਹੋਰ ਨਹੀਂ ਮਿਲੀ, ਸੋ ਕਿਤੇ ਹੋਰ ਜਾਣ ਦੀ ਲੋੜ ਨਹੀਂ ਕੀ ਹੈ। ਸਟਾਰ ਰੀਪਰ ਦੀ ਬਣਤਰ ਤੋਂ ਲੈ ਕੇ ਇਹਦੀ ਸਜਾਵਟ ਤੱਕ ਦਾ ਸਾਰਾ ਕੰਮ ਦੇਖਿਆ, ਠੀਕ ਹੈ, ਤੇ ਜਿੰਨੀ ਜਾਣਕਾਰੀ ਆਪਾਂ ਨੂੰ ਚਾਹੀਦੀ ਸੀ ਆਪਾਂ ਉਹ ਵੀ ਲੈ ਲਈ, ਪਰ ਤੁਹਾਨੂੰ ਵੀ ਲੱਗਦਾ ਕਿ ਹਾਲੇ ਕੁਛ ਰਹਿ ਗਿਆ? ਹਾਂ, ਉਹ ਇਹਦਾ ਖੇਤਾਂ 'ਚ ਜਿਹੜਾ ਕੰਮ ਕਰਨਾ ਜਾਂ ਦੌੜਨਾ ਉਹ ਦੇਖਣਾ ਰਹਿ ਗਿਆ, ਸੋ ਮਾਰਦੇ ਹਾਂ ਚਾਤੀ ਜੀ, ਖੇਤਾਂ 'ਚ ਸਟਾਰ ਰੀਪਰ ਆਪਣਾ ਕਮਾਲ ਕਿਸ ਤਰ੍ਹਾਂ ਦਿਖਾ ਰਿਹਾ। ਬਾਕੀ ਸਾਨੂੰ ਰੋਟਾਵੇਟਰ ਹੋ ਗਿਆ ਜੀ, ਬਿਜਾਈ ਵਾਲੀ ਮਸ਼ੀਨ ਹੋ ਗਈ, ਆਪਣੇ
ਸੀ ਦਿਲ ਹੋ ਗਈ ਜੀ 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 ਤੇ ਬਾਕੀ ਹੋਰ ਵੀ ਜਿੰਨਾ ਵੀ ਸਾਨੂੰ ਕੋਈ ਆ ਜਾਂਦਾ ਵੀ ਜਿਸ ਤਰ੍ਹਾਂ ਦੀ ਡਿਮਾਂਡ ਹੈ ਉਹ ਸਾਰਾ ਕਰਦੇ ਹਾਂ ਜੀ ਆਪਾਂ ਓਕੇ ਸੋ ਇਸੀ ਜਿਹੜੇ ਰਜਿੰਦਰ ਪਾਲ ਜੀ ਰਜਿੰਦਰਾ ਐਗਰੋ ਇੰਡਸਟਰੀ ਦੇ ਓਨਰ ਵੈਲ ਇਹਨਾਂ ਨਾਲ ਗੱਲਬਾਤ ਕਰ ਲਈ ਤੇ ਆਪਾਂ ਜਾਣ ਲਿਆ ਕਿ ਸਾਡੀ ਕਿਸਾਨੀ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਇਸ ਇੰਡਸਟਰੀ ਨੇ ਅਵੇਲੇਬਲ ਕਰਵਾਈਆਂ ਨੇ ਸਿਡਨੀ ਸ਼ਹਿਰ ਘੁੰਮਦੀ ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ ਖੂਬਸੂਰਤ ਸ਼ਹਿਰ ਹੈ ਨਾ ਅਟਰੈਕਟਿਵ ਸ਼ਹਿਰ ਹੈ ਤੇ ਤੁਸੀਂ ਦੇਖਿਆ ਤੁਹਾਡੇ ਲਈ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਇੱਥੇ ਬਹੁਤ ਸਾਰੀ ਵੈਰਾਈਟੀ ਹੈ ਤੇ ਬਹੁਤ ਸਾਰਾ ਇੰਡਸਟਰੀਅਲ ਲਿਸਟਿੰਗ ਐਂਡ ਬਹੁਤ ਸਾਰੀ ਐਜੂਕੇਸ਼ਨਲ ਡਿਵੈਲਪਮੈਂਟ ਜਿਹੜੀ ਹੈ ਉਹ ਇਸ ਸ਼ਹਿਰ ਨੇ ਕਰ ਲਈ ਹੈ ਬਟ ਆਪਾਂ ਹੁਣ ਲੈਂਦੇ ਹਾਂ ਜੀ ਤੁਹਾਡੇ ਤੋਂ ਇਜਾਜ਼ਤ ਬਿਕੋਜ਼ ਟਾਈਮ ਜਿਹੜਾ ਹੈ ਉਹ ਇਸ ਵੇਲੇ ਕਹਿ ਰਿਹਾ ਕਿ ਅਵਿੰਦਰ ਕੌਰ ਹੁਣ ਓਕੇ ਬਾਏ ਬਾਏ ਟਾਟਾ ਟਾਟਾ ਕਹਿਣ ਦਾ ਟਾਈਮ ਜਿਹੜਾ ਉਹ ਹੋ ਚੁੱਕਾ ਹੈ ਹੁਣ ਤੁਸੀਂ ਸਾਡੇ ਸਾਰੇ ਸ਼ੋਅ ਸਾਰ ਪੰਜਾਬੀ ਦੇ ਦੇਖ ਸਕਦੇ ਹੋ www.sarpanjabi.com ਤੇ ਸੋ ਸ਼ਬਾਕਾ ਸ਼ਹਿਰ ਘੁੰਮਦੀ